ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਸ, ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਦੋਨੋਂ ਜੋੜੇ ਇੱਕ ਨਵੀਂ ਫਿਲਮ ਲੈ ਕੇ ਆ ਰਹੇ ਹਾਂ ਔਰ ਬਹੁਤ ਹੀ ਯੂਨੀਕ ਕਨਸੈਪਟ ਲੈ ਕੇ ਆ ਰਹੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ ਜੀ। ਅਤੇ ਇਸ ਵਾਰੀ ਜਗਦੀਪ ਸਿੱਧੂ ਨਾ ਹਮੇਸ਼ਾ ਹੀ ਫੇਮਸ ਆ ਕੁਛ ਨਵਾਂ ਕਨਸੈਪਟ ਲੈ ਕੇ ਆਉਣ 'ਤੇ, ਇਸ ਵਾਰੀ ਉਹ ਕਿਹੜਾ ਕਨਸੈਪਟ ਲੈ ਕੇ ਆ ਰਹੇ ਆ? ਇਹ ਫਿਲਮ ਹੈ ਜੀ, ਘਰਾਂ ਦੀ ਫਿਲਮ ਹੈ ਜੀ ਦਰਅਸਲ ਨਾ। ਇਹ ਫਿਲਮ ਨਹੀਂ ਗੀ, ਇਹ ਕੋਈ ਕਿਸੇ ਘਰ ਦੀ ਸਟੋਰੀ ਉਹਨੇ ਥੀਏਟਰ 'ਤੇ ਦਿਖਾਉਣੀ ਆ, ਅਤੇ ਜਗਦੀਪ ਇਮੋਸ਼ਨਸ ਨੂੰ ਬਹੁਤ ਪਿਆਰਾ ਦਿਖਾਉਂਦਾ, ਬੜੀ ਵਧੀਆ ਫਿਲਮ ਆ। ਔਰ ਜਿੱਦਾਂ ਅਸੀਂ ਨਿੱਕਾ ਦੀ ਕੌਮੇਡੀ ਆ, ਨਿੱਕਾ ਜੈਲਦਾਰ ਤੁਸੀਂ ਦੇਖੋਗੇ ਤਾਂ ਉਹ ਕੌਮੇਡੀ ਕੌਮੇਡੀ ਨਹੀਂ ਗੀ, ਉਹ ਸੱਚਾਈ ਆ ਜੀ। ਬਿਲਕੁਲ, ਇਹ ਵੀ ਸੱਚਾਈ ਵਾਲੀ ਕੌਮੇਡੀ ਆ, ਬਿਲੀਵੇਬਲ ਕੌਮੇਡੀ ਆ। ਅਤੇ ਬੜੀ ਨਵੀਂ ਫਿਲਮ ਆ, ਨਵੇਂ ਡਾਇਲੋਗ ਨੇ, ਰੁਪਿੰਦਰ ਇੰਦਰਜੀਤ ਨੇ ਬੜੇ ਸੋਹਣੇ ਡਾਇਲੋਗ ਲਿਖੇ ਨੇ, ਜਿਹੜੇ ਤੁਸੀਂ ਪਹਿਲਾਂ ਉਹ ਉੱਦਾਂ ਦੀ ਬੋਲੀ ਨਹੀਂ ਸੁਣੀ। ਸੋ ਸਾਡੇ ਪੰਜਾਬ ਲਈ ਇੱਕ ਬਿਲਕੁਲ ਨਵਾਂ ਫਰੈਸ਼ ਕਨਸੈਪਟ ਹੈ। ਅਤੇ ਸਰਗੁਣ ਜੀ ਤਾਂ ਪਹਿਲਾਂ ਵੀ ਉਹਨਾਂ ਨਾਲ ਐਕਸਪੀਰੀਅੰਸ ਕਰ ਚੁੱਕੇ ਹੈ, ਜਗਦੀਪ ਬਾਈ ਨਾਲ, ਤੁਹਾਨੂੰ ਕਿੱਦਾਂ ਦਾ ਲੱਗਿਆ ਆਪਣਾ ਐਕਸਪੀਰੀਅੰਸ ਉਹਨਾਂ ਦੇ ਨਾਲ? ਜਗਦੀਪ ਬਾਈ ਨਾਲ, ਜਗਦੀਪ ਨਾਲ ਮੈਂ ਪਹਿਲਾਂ ਫਿਲਮ ਗੁੱਡੀਆ ਪਟੋਲੇ ਉਹਨਾਂ ਦੀ ਲਿਖੀ ਹੋਈ ਸੀ, ਔਰ ਜਗਦੀਪ ਪ੍ਰੋਪਰਲੀ ਇਨਵੋਲਵ ਸੀ, ਭਾਵੇਂ ਐਡੀਟਿੰਗ ਸੀ ਉਹ ਪ੍ਰੋਜੈਕਟ ਜਗਦੀਪ ਨੇ ਖੜਾ ਕੀਤਾ ਸੀ। ਸੋ ਜਗਦੀਪ ਨਾਲ ਮੇਰਾ ਕੰਟੀਨਿਊਸਲੀ ਦੂਸਰਾ ਪ੍ਰੋਜੈਕਟ ਸੀ, ਸੋ ਉਹਦੇ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਵੱਡੀ ਗੱਲ ਆ। ਜਿਹੜਾ ਅੱਜ ਸਾਡੇ ਪੰਜਾਬ ਦੇ ਦਿਲਜੀਤ ਬਾਈ ਨਾਲ ਫਿਲਮ ਕੀਤੀ, ਉਹਨਾਂ ਨੇ ਐਮੀ ਬਾਈ ਨਾਲ ਫਿਲਮ ਕੀਤੀ ਆ, ਸੋ ਅੱਜ ਹਰ ਬੰਦਾ ਜਗਦੀਪ ਨਾਲ ਫਿਲਮ ਕਰਨੀ ਚਾਹੁੰਦਾ, ਇੱਥੇ ਜਗਦੀਪ ਮੇਰੇ ਨਾਲ ਖੜਾ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ। ਸਰਗੁਣ ਜੀ, ਤੁਹਾਡੇ ਤੋਂ ਇੱਕ ਸਵਾਲ, ਜਿੰਨੀਆਂ ਵੀ ਆਪਾਂ ਪ੍ਰਮੋਸ਼ਨਸ ਦੇਖੀਆਂ ਤੁਹਾਡੀ ਫਿਲਮ ਦੀ, ਉਹਨਾਂ ਪ੍ਰਮੋਸ਼ਨਸ ਦੇ ਵਿੱਚ ਆਪਾਂ ਤੁਹਾਨੂੰ ਹਮੇਸ਼ਾ ਗਾਣੇ ਦੇਖੇ, ਮੈਨੂੰ ਇਹ ਦੱਸੋ ਤੁਹਾਡੀ ਐਲਬਮ ਕਦੋਂ ਆਉਣ ਵਾਲੀ ਹੈ ਹੁਣ? ਤੁਸੀਂ ਫਿਲਮ ਦੇਖਣ ਜਾਓ ਜੀ, ਅਤੇ ਟ੍ਰੇਲਰ ਦੇਖੋ ਫਿਲਮ ਤੋਂ ਪਹਿਲਾਂ, ਅਤੇ ਟ੍ਰੇਲਰ ਤੁਹਾਨੂੰ ਪਸੰਦ ਆਏ ਤਾਂ ਤੁਸੀਂ ਜ਼ਰੂਰ ਫਿਲਮ ਦੇਖਣ ਜਾਓ। ਸਮਾਈਲ ਕਰ, ਸਮਾਈਲ। ਤੇਰੀ ਪੰਜਾਬੀ ਗਰੂਸ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਬੈਸਟ ਵਿਸ਼ਿਸ਼, ਅਤੇ ਉਮੀਦ ਕਰਦੇ ਹਾਂ ਫਿਲਮ ਵੀ ਤੁਹਾਡੀ ਸਕਸੈਸਫੁਲ ਹੈ। ਥੈਂਕ ਯੂ ਸੋ ਮਚ, ਥੈਂਕ ਯੂ।